ਜੀ ਆ ਬਿੱਲ ਆਇਆ ਹੁਣ ਤੇ ਮੇਰਾ ਇਹਨਾਂ 1,25,000 ਰੁਪਇਆ ਬਿੱਲ ਆਇਆ। ਜਦੋਂ ਬਿੱਲ ਆਇਆ, ਬਿੱਲ ਵੇਖ ਕੇ ਮੇਰੀ ਹੋਸ਼ ਉੱਡ ਗਏ। ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ, ਮੇਰੀ ਇੰਨੀ ਹੈਸ਼ੀਅਤ ਨਹੀਂ, ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਰਿਕੁਐਸਟ ਕਰ ਰਹੇ ਹਾਂ ਵੀ ਸਾਡੇ ਵਾਲੇ ਵੀ ਕੋਈ ਧਿਆਨ ਗਰੀਬਾਂ ਵਾਲੇ ਵੀ ਦਿੱਤਾ ਜਾਵੇ। ਫਿਰ ਸਿਆਪਾ ਪਿਆ ਉਦੋਂ ਦਾ ਇਹਨਾਂ ਫੜ ਕੇ ਤੇ ਆ ਬਿੱਲ ਵੱਧ ਤੋਂ ਵੱਧ ਬਿੱਲ ਆਈ ਜਾਂਦੇ ਨੇ 3,700 ਤੋਂ 47,000, 47 ਤੋਂ 67,000, 67 ਤੋਂ 76,000, ਉਸ ਤੋਂ ਬਾਅਦ ਅੱਗੇ ਅੱਗੇ ਲੈਣ ਬਣੀ ਆ ਰਹੀ ਜੀ। ਅੱਜ ਆਹ ਵੇਖੋ ਜੀ, ਆਹ ਠੇਕੇਦਾਰਾਂ ਨੇ ਕੰਮ ਕੀਤੇ, ਠੇਕੇਦਾਰਾਂ ਦੀ ਲਾਪਰਵਾਹੀ ਕਰਕੇ ਵੇਖੋ ਬਿਜਲੀ ਦੇ ਜਾਲ ਵਿਛੇ ਹੋਏ ਨੇ। ਕੀ ਨਾਮ ਤੁਹਾਡਾ? ਮੇਰਾ ਨਾਮ ਬਗੀਚਾ ਸਿੰਘ ਜੀ। ਬਗੀਚਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਕਰਦੇ ਸੀ? ਮੇਰਾ ਪਿੰਡ ਅਸਨ ਟੋਟਾ, ਹਾਂਜੀ, ਜ਼ਿਲ੍ਹਾ ਫਿਰੋਜ਼ਪੁਰ, ਡਾਕਖਾਨਾ ਖਾਈ ਫੇਮੇ ਕੀ। ਹਾਂਜੀ, ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰਾ। ਕਿ ਜਿਹੜੇ ਬਿਜਲੀ ਦੇ ਮੀਟਰ ਕਿੱਥੇ ਲੱਗੇ ਨੇ ਤੁਹਾਡੇ? ਬਿਜਲੀ ਦੇ ਮੀਟਰ ਸਾਡੇ ਜੀ ਘਰਾਂ ਤੋਂ ਦੂਰ ਬਾਹਰ ਬਕਸੇ 'ਚ ਲੱਗੇ ਹੋਏ ਨੇ। ਕਿੰਨੀ ਕੁ ਦੂਰ ਬਾਹਰ ਲੱਗੇ? ਇਹ ਘੱਟ ਤੋਂ ਘੱਟ ਵੀ ਸਾਡੇ ਤੋਂ ਅੱਧਾ ਵਾਰਡ ਹੋਊਗਾ ਕੋਈ, ਅੱਧਾ ਕਿਲਾ ਵਾਰਡ? ਅੱਧਾ ਕਿਲਾ ਵਾਰਡ ਹੈ ਜੀ, ਅੱਧਾ ਕਿਲਾ ਵਾਰਡ ਦੂਰੀ 'ਤੇ ਆ। ਅਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਜਾਂ ਮੀਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਵੀ ਕਿੱਦਾਂ ਕਹਿੰਦਾ। ਠੇਕੇਦਾਰਾਂ ਨੇ ਲਾਏ ਜੀ, ਠੇਕੇਦਾਰਾਂ ਦੀ ਨਗੇਲੀ ਹੈ। ਹਾਂਜੀ, ਬਿਲਕੁਲ ਜੀ, ਨਰਕ ਹੈ ਉੱਥੇ, ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ। ਪਾਣੀ ਉੱਥੇ ਨਾ ਨੀਵੀਂ ਜਗ੍ਹਾ 'ਤੇ ਲੱਗੇ ਆ, ਮੀਂਹਾਂ ਦਾ ਬਰਸਾਤਾਂ ਦਾ ਪਾਣੀ ਭਰ ਜਾਂਦਾ, ਮੀਟਰ ਸੜ ਜਾਂਦੇ ਨੇ। ਜਦੋਂ ਕਿ ਮੀਟਰ ਮੇਰਾ ਸੜਿਆ ਹੈ ਅਤੇ ਮੈਂ ਜਾ ਕੇ ਅਤੇ ਕੰਪਲੇਂਟ ਕੀਤੀ, ਫਿਰ ਮੈਨੂੰ ਇਹਨਾਂ ਮੈਂ ਮੀਟਰ ਆਪਦੇ ਦੇ ਆਹ ਵੇਖੋ ਕਿ ਜਾ ਕੇ ਪੈਸੇ ਭਰੇ ਨੇ, ਗਲਤੀ ਉਹਨਾਂ ਦੀ ਹੈ ਅਤੇ ਭੁਗਤਣੀ ਮੈਨੂੰ ਪੈ ਰਹੀ ਹੈ। ਕਿੰਨੇ ਪੈਸੇ ਭਰ ਕੇ ਆਏ? ਮੈਂ ਜੀ ਇਹਦੇ ਦੇ 614 ਰੁਪਈਏ ਮੀਟਰ ਦੇ ਸੜਿਆ ਜੀ ਉਹਨਾਂ ਕਰਕੇ, ਲਾਪਰਵਾਹੀ ਅਤੇ ਲਾਪਰਵਾਹੀ ਦੇ ਇਸ ਕਰਕੇ ਅਤੇ ਮੈਨੂੰ ਇਹਨਾਂ ਭੁਗਤਣਾ ਪਿਆ। 614 ਰੁਪਈਏ ਮੈਂ ਜਮ੍ਹਾਂ ਕਰਾ ਕੇ ਆਇਆ। ਉਸ ਤੋਂ ਬਾਅਦ ਬਿੱਲ ਵੀ ਉਸ ਤੋਂ ਬਾਅਦ ਜੀ ਆਹ ਬਿੱਲ ਆਇਆ ਹੁਣ ਅਤੇ ਮੇਰਾ ਇਹਨਾਂ 1,25,000 ਰੁਪਇਆ ਬਿੱਲ ਆਇਆ। ਜਦੋਂ ਬਿੱਲ ਆਇਆ, ਬਿੱਲ ਵੇਖ ਕੇ ਮੇਰੀ ਹੋਸ਼ ਉੱਡ ਗਏ। ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ, ਮੇਰੀ ਇੰਨੀ ਹੈਸ਼ੀਅਤ ਨਹੀਂ, ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਮੇਰੇ ਘਰ ਦੇ ਵਿੱਚ ਕੁਛ ਨਹੀਂ ਜੀ, ਦੋ ਕਮਰੇ ਨੇ ਅਤੇ ਕਮਰਿਆਂ ਦੇ ਵਿੱਚ 9-9 ਵਾਟ ਦੇ ਬਲਬ ਲਾਏ ਨੇ। ਕੋਈ ਏਸੀ ਨਹੀਂ? ਕੋਈ ਏਸੀ ਨਹੀਂ, ਕੋਈ ਕੁਛ ਨਹੀਂ ਗਈ ਜੀ। ਹੁਣ ਤੁਹਾਡੇ ਬਿੱਲ ਜਿਹੜਾ ਆਇਆ, ਤੁਹਾਨੂੰ ਕਿਸ ਤਰ੍ਹਾਂ ਦੀ ਹੁਣ ਉਮੀਦਾਂ ਦੇ? ਇਹ ਸਾਨੂੰ ਤਾਂ ਹਾਲੇ ਤੱਕ ਤਾਂ ਕੋਈ ਉਮੀਦ ਨਹੀਂ ਵੀ ਮਾਫ਼ ਹੋਏਗਾ। ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਹਾਂ ਵੀ ਸਾਨੂੰ ਇਹ ਮਾਫ਼ ਕੀਤਾ ਜਾਵੇ। ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਅਤੇ ਮੈਂ ਜਾ ਕੇ ਅਤੇ ਉੱਥੇ ਸਾਡੇ ਹਰਿਹਰ ਚੌਕ ਜਾ ਕੇ ਮਿਲਿਆ, ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ। ਫਿਰ ਨਹੀਂ ਮਿਲਿਆ ਜੀ, ਕੋਈ ਨਹੀਂ, ਨਾ ਕੋਈ ਸੁਣਦਾ ਨਾ ਕੋਈ ਮਿਲਿਆ। ਅਤੇ ਫਿਰ ਉਸ ਤੋਂ ਬਾਅਦ ਹੈਲਪਲਾਈਨ 'ਤੇ ਵੀ ਮੈਂ ਦਰਖਾਸਤ ਕੀਤੀ ਹੈ, ਪਰ ਉਹਦਾ ਵੀ ਮੈਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਹੁਣ ਕੀ ਮੰਗ ਹੈ ਤੁਹਾਡੀ? ਮੇਰੀ ਮੰਗ ਇਹ ਆ ਵੀ ਬੇਨਤੀ ਕਰਦਾ ਵੀ ਇਹ ਮੇਰਾ ਬਿੱਲ ਮਾਫ਼ ਕੀਤਾ ਜਾਏ ਅਤੇ ਬਹੁਤ ਮਿਹਰਬਾਨੀ ਹੋਵੇਗੀ। ਅਤੇ ਜਿਹੜੇ ਕਿ ਆਪਣਾ ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਨੇ
ਅਤੇ ਅਸੀਂ ਉਹ ਇੰਨੇ ਇੰਨਾ ਪੋਸਟਰ ਲਾ ਕੇ ਅਤੇ ਉਹਨਾਂ ਦੇ ਪਿੱਛੇ ਕਹਿੰਦੇ ਇੰਨੇ ਮਾਫ਼ ਕਰਤੇ, ਇੰਨੇ ਮਾਫ਼ ਕਰਤੇ ਨੇ, ਪਰ ਸਾਨੂੰ ਜਦੋਂ ਮਾਫ਼ ਨਹੀਂ ਹੋ ਰਿਹਾ ਤਾਂ ਅਸੀਂ ਕਿਵੇਂ ਮੰਨਾਂਗੇ? ਅਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਜੋ ਕਿ ਇੰਨਾ ਬਿੱਲ ਆਇਆ ਇਹ ਸਾਡਾ ਮਾਫ਼ ਕੀਤਾ ਜਾਵੇ, ਅਤੇ ਬਹੁਤ ਮਿਹਰਬਾਨੀ ਹੈ। ਹਾਂਜੀ ਹਾਂਜੀ, ਸਟੂਲ ਕਾਸਟ ਸਰਟੀਫਿਕੇਟ ਮੇਰਾ ਬਣਿਆ ਹੋਇਆ, ਮੈਂ ਮਜ਼੍ਹਬੀ ਸਿੱਖ ਬਿਰਾਦਰੀ ਦਾ ਕਨੈਕਟ ਹੈ। ਗੁਰਮੀਤ ਕੌਰ। ਗੁਰਮੀਤ ਕੌਰ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਅਸੀਂ ਹਸਨ ਟੋਟੀ ਰਹਿੰਦੇ। ਤੇ ਘਰ ਦਾ ਜਿਹੜਾ ਬਿੱਲ ਕਿੰਨਾ ਆਇਆ ਤੁਹਾਨੂੰ? 1,20,000 ਆਇਆ। ਕਿਸ ਤਰ੍ਹਾਂ ਦੇ ਹੋਸ਼ ਉੱਡ ਗਏ ਤੁਹਾਡੇ? ਸਾਡੇ ਬਹੁਤ ਹੋਸ਼ ਉੱਡ ਗਏ ਆ ਵੀ ਸੁਣ ਕੇ ਬਿੱਲ। ਹਾਂਜੀ, ਅੱਜ ਤੱਕ ਭਗਵੰਤ ਮਾਨ ਵੀਰ ਨੂੰ ਇਹੋ ਕਹਿੰਦੇ ਆ ਵੀ ਸਾਡਾ ਗਰੀਬਾਂ ਦਾ ਮਾਫ਼। ਘਰ ਦੇ ਵਿੱਚ ਕੀ ਚਲਾਉਂਦੇ ਤੇ ਏਸੀ ਚਲਾਉਂਦੇ ਕੀ ਗੱਲ? ਨਾ ਕੁਛ ਵੀ ਨਹੀਂ, ਸਾਡੇ 2 ਬਲਬ ਹੀ ਜਗਣ ਡਏ ਤੇ 1 ਪੱਖਾ ਬਸ। ਹਾਂ, ਏਸੀ ਤੇ ਅਸੀਂ ਲਾਇਵ ਨਹੀਂ ਸਕਦੇ ਗਰੀਬ ਬੰਦੇ। ਸਾਡੀ ਇਹੋ ਮੰਗ ਹੈ ਵੀ ਸਾਡਾ ਬਿੱਲ ਮਾਫ਼ ਹੋ ਸਕੇ। ਕੀ ਚੱਲਦਾ ਕੀ ਤੁਹਾਡੇ ਕੋਲ? ਕੁਛ ਵੀ ਨਹੀਂ, ਕਿੰਨਾ ਪੱਖਾ ਹੈ ਤੇ ਬਲਬ ਆ ਬਸ। ਹਾਂਜੀ, ਉਹਨਾਂ ਦੇ ਇੰਨਾ ਹੀ ਆ ਗਿਆ। ਹਾਂਜੀ, ਤੇ ਅਸੀਂ ਗਰੀਬ ਬੰਦੇ ਹਾਂ, ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਹਾਂ, ਸਾਨੂੰ ਕਿਸੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ, ਕਈ ਵੇਲੇ ਅਸੀਂ ਭੁੱਖੇ ਵੀ ਸੌਂ ਜਾਂਦੇ ਹਾਂ, ਤਾਂ ਅਸੀਂ ਇੰਨਾ ਬਿੱਲ ਕਿੱਥੋਂ ਤਾਰ ਸਕੀਏ? ਤਾਂ ਅਸੀਂ ਤਾਂ ਭਗਵੰਤ ਮਾਨ ਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਦੇ ਹਾਂ ਵੀ ਸਾਡਾ ਬਿੱਲ ਮਾਫ਼ ਕੀਤਾ ਜਾਵੇ। ਹਾਂਜੀ, ਸਾਡੀ ਇਹੋ ਹੀ ਬਸ। ਡਰ ਬਿਜਲੀ ਦੇ ਮੀਟਰ ਵੀ ਕੱਟ ਜਾਣਗੇ? ਹਾਂਜੀ, ਸਾਨੂੰ ਇਹ ਵੀ ਡਰ ਆ ਵੀ ਸਾਡਾ ਵੀ ਅਸੀਂ ਹਨੇਰੇ 'ਚ ਬਵਾਂਗੇ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਮੇਜਰ ਸਿੰਘ ਜੀ। ਮੇਜਰ ਸਿੰਘ, ਕੀ ਹੋ ਤੁਸੀਂ ਪਿੰਡ ਦੇ? ਮੈਂ ਪਿੰਡ ਦਾ ਸਾਬਕਾ ਸਰਪੰਚ ਸੀ, ਮੇਜਰ ਸਿੰਘ। ਕਿਹੜਾ ਜਿਹੜਾ ਬਿਜਲੀ ਬੋਰਡ ਦੀ ਕੋਈ ਠੇਕੇਦਾਰ ਦੀ ਲਾਪਰਵਾਹੀ ਕਰਕੇ ਜਿਹੜੇ ਲੋਕਾਂ ਦੇ? ਮੇਰੀ ਬਿਜਲੀ ਮਹਿਕਮੇ ਵਾਲਿਆਂ ਵਾਸਤੇ ਅੱਗੇ ਇਹੀ ਮਤਲਬ ਰਿਕੁਐਸਟ ਹੈ ਜਾਂ ਬੇਨਤੀ ਹੈ ਕਿ ਜੋ ਮੀਟਰ ਲੱਗੇ ਹੋਏ ਨੇ ਉਹ ਬਕਸਿਆਂ ਦੇ ਵਿੱਚ ਨਾ ਤਾਂ ਕਿਸੇ ਦੇ ਸਹੀ ਮੀਟਰ ਲੱਗੇ ਨੇ, ਅਤੇ ਕਈਆਂ ਦੀਆਂ ਤਾਰਾਂ ਕਿੱਧਰ ਨੇ, ਕਈਆਂ ਦੀਆਂ ਕਿੱਧਰ ਨੇ, ਅਤੇ ਠੇਕੇਦਾਰਾਂ ਦੀ ਅਤੇ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਬਿੱਲ ਬਹੁਤ ਜ਼ਿਆਦਾ ਤੋਂ ਜ਼ਿਆਦਾ ਆ ਰਿਹਾ, ਜਿਸ ਕਾਰਨ ਕਿ ਮਤਲਬ ਗਰੀਬ ਲੋਕਾਂ ਨੂੰ ਬਿੱਲ ਤਾਰਨ ਵਿੱਚ ਬਹੁਤ ਮੁਸ਼ਕਲ ਆਉਂਦੀ। ਇਹਨੂੰ ਕਿਸ ਤਰ੍ਹਾਂ ਦਾ ਬਿੱਲ ਆਇਆ ਅਤੇ ਕਿੰਨਾ? ਇਸ ਨੂੰ ਬਿੱਲ ਬਹੁਤ ਜ਼ਿਆਦਾ ਆਇਆ ਹੈ। ਇਹ ਪਹਿਲਾਂ ਮਤਲਬ ਆਇਆ ਸੀਗਾ ਖਰੇ 37,000, 37,000 ਤੋਂ ਵੱਧ ਕੇ ਫਿਰ ਮਤਲਬ ਨਾ 47,000 ਹੋ ਗਿਆ। 47,000 ਤੋਂ ਹੋਣ ਵਾਲਾ ਜਿਹੜਾ ਬਿੱਲ ਕੱਢ ਕੇ ਗਏ ਨੇ ਉਹ 1,20,000 ਰੁਪਏ ਦਾ ਬਿੱਲ ਆ ਗਿਆ ਇਹਨੂੰ। ਇਹ ਗਰੀਬ ਆਦਮੀ ਹੈ ਅਤੇ ਮਤਲਬ ਇੰਨਾ ਬਿੱਲ ਤਾਰ ਨਹੀਂ ਸਕਦਾ। ਮਾਂਗੇ ਵੀ ਸਰਕਾਰ ਨੂੰ ਕੋਈ? ਸਰਕਾਰ ਨੂੰ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਗਰੀਬ ਆਦਮੀ ਦਾ ਬਿੱਲ ਮਾਫ਼ ਕੀਤਾ ਜਾਵੇ।